हाँ जी, सत श्री अकाल दोस्तों, थोड़ा एक बार फिर अपने यूट्यूब चैनल पर स्वागत करते हैं। सो अज आप जिहड़ा जिथे आप मक्की बीजी सी ते मक्की वाली वीडियो तुहाडे तक पहुँच गई होनी है, ते अज आप उत्थे तवियां दी कार ला के ते मीह पै गया ही ते आप पानी छड़ के कद्दू करी जाने आ, रूटावेटर मरी जाते आ, ते मतलब पुथे पत्थे ज्यादा ही ते दूरा रूटावेटर मारता आप। तो वाह तुम देख सकते हो बदल पूरे आ, मतलब कि मीह का मौसम, मीह दो तीन दिन हो गए लगातार पई जांदा। सो आज थानू दसदे हाँ कि आप कि पनीरी लाई आ, तो मतलब कि एक सवा किला थां पूरा। तो सो वीडियो नाल बने रहो, तो चैनल नू लाइक, चैनल नू सबसक्राइब, वीडियो नू लाइक शेयर कमेंट सोना जक जरूर करके दस्यो वीडियो कैसे लगी। सो आ जाओ आप हम थानू बाद मिलते हैं जो कद्दू मार लेंगे। हाँ जी वीरे, सो आप कद्दू मारता है, चार किले तीन किले मारिया, तो हम आप ट्रैक्टर की तुम आप दिखाने थोड़ी जी, तो हालत भी देख लो, इधर देख सकते हो। तो हूँ आप लगे धोना, सो तुम धो के मिलते हैं। ठीक है जी, हाँ जी वीरे, सो एक घंटे बाद पूरा ते ट्रैक्टर हूँ तुम देख सकते हो मारता चमका, ते देख लो वो ही ट्रैक्टर आ जिहड़ा एक घंटा पहला सी तुहानू दिखाउणे आ, आ गारा निकलिया हूँ तुसी वो ही ट्रैक्टर देखो, ते आ तुसी गारा वेख सकते हो। इत्थों आपां गारा जमां कढ़ता, जे किते वी तुहानू डाउट होवे कि गारा ना कढ़िया होवे, जमा ओके रिपोर्ट कारा कढ़िया, तो मैट आप धोते सुकने पाते देख सकते हो। तो आई टायर टूर भी देख लो सारे ओके ठीक आ। सो आइयो आप अगे चलते हैं, वीडियो ना बने रहो, लाइक शेयर कमेंट जरूर कर दियो। तो मतलब कि यह तो छोटा ट्रैक्टर आ कि चार मशीन ना ਧਰੂਈ ਫਿਰਦਾ, ਚਾਰ ਵਾਲੀ ਮਸ਼ੀਨ ਨੂੰ ਨਾ ਇਹ ਟਰੈਕਟਰ ਧਰੂਈ ਫਿਰਦਾ ਧਰੂਈ। ਅਤੇ ਆਪਾਂ ਹੁਣ ਜਿੰਨਾ ਆਪਾਂ ਚਾਰ ਪਾਇਆ ਸੀ ਆਪਣਾ ਚਾਰ ਆ, ਦੇਖ ਸਕਦੇ ਹੋ ਮਿੱਟੀ ਆਪਾਂ ਪਾਈ ਹੋਈ ਆ, ਖੱਡੇ ਜਾਂ 2 ਕਿੱਲਿਆਂ ਦਾ ਚਾਰ ਆਪਾਂ ਹੋਰ ਪਾਉਣਾ। ਅਤੇ ਆਹ ਤੁਸੀਂ ਦੇਖ ਲਓ, ਇਹ ਆਪਾਂ ਮਤਲਬ ਕਿ ਮਿੱਟੀ ਪਾਤੀ ਸੀ ਉੱਦਣ, ਤੁਹਾਨੂੰ ਵੀਡੀਓ 'ਚ ਦਿਖਾਤਾ ਸੀ, ਅਤੇ ਹੁਣ ਉਹਦਾ ਮੀਂਹ ਆਇਆ, ਮੀਂਹ ਤਾਂ ਮਿੱਟੀ ਲੈ ਗਈ, ਫਿਰ ਦੂਰੀ ਯਾਰ ਮਿੱਟੀ ਪਾਈ ਆ। ਇਸ ਨੂੰ ਆਪਾਂ 40 ਦਿਨਾਂ ਤੋਂ ਖੋਲ੍ਹ ਲਾਂਗੇ, ਅਤੇ ਉੱਦਾਂ ਹੀ ਤੁਹਾਨੂੰ ਵੀਡੀਓ ਜ਼ਰੂਰ ਦੇਵਾਂ। ਵੀ ਮਾਂ ਮੈਨੂੰ ਟਰੈਕਟਰ ਵੇਖ ਕੇ ਖੁਸ਼ੀ ਬਹੁਤ ਹੋਈ ਜਾਂਦੀ, ਕਿੱਡੀ ਤੁਸੀਂ ਦੇਖ ਸਕਦੇ ਹੋ ਕਿੱਡਾ ਵਧੀਆ ਚਮਕਦਾ ਪਿਆ, ਹਜੇ ਮੋਟਰ ਦਾ ਇੰਨਾ ਪ੍ਰੈਸ਼ਰ ਨਹੀਂ ਹੈਗਾ ਸੀ। ਸੋ ਆਇਓ ਵੀਡੀਓ ਨਾ ਬਣੇ ਰਹੋ, ਚੱਲਦੇ ਹਾਂ ਆਪਾਂ। ਆਹ ਖੜਾ ਦੂਜਾ, ਇਹਦੇ ਪੱਠੇ ਲਿਆਉਣੇ ਆ ਜੇ ਆਪਾਂ, ਮੈਂ ਚਿੱਕੜ ਆ, ਮੀਂਹ ਬਹੁਤ ਪਿਆ ਅਤੇ ਚਿੱਕੜ ਕਰਕੇ ਫਿਰ ਇਹਨੂੰ ਇੰਨਾ ਹੀ ਧੋਤਾ। ਸੋ ਠੀਕ ਆ, ਹਾਂਜੀ ਵੀਰੇ, ਸੋ ਜਿਹੜਾ ਸਵਾ ਕਿੱਲਾ ਸੀ ਉਹ ਆਪਣਾ ਜਿਹੜਾ ਬਈਆਂ ਤੋਂ ਆਪਾਂ ਲਵਾਇਆ, ਬਾਸਪਤੀ ਲਵਾਈ ਆ, ਕਿ ਇਹ 1509 ਦਾ ਜਿਹੜਾ ਬਦਲ ਆ, 1886 ਉਹ ਆ, ਅਤੇ ਆਹ ਪਨੀਰੀ ਸੀ, ਅਤੇ ਇਹ ਆਪਾਂ ਲਵਾ ਲਿਆ, ਅਤੇ 1.25 ਕਿੱਲੇ ਹੋਰ ਸੀਗਾ ਉਹ ਵੀ ਆਪਾਂ ਲਵਾਇਆ, ਉਹ ਮਤਲਬ ਥੋੜ੍ਹਾ ਜਿਹਾ ਦੂਰ ਆ, ਅਤੇ ਉੱਥੇ ਮੱਕੀ ਸੀਗੀ। ਅਤੇ ਤੁਸੀਂ ਦੇਖ ਸਕਦੇ ਹੋ ਪਨੀਰੀ ਆਪਣੀ ਪੂਰੀ ਵਧੀਆ ਖੜ੍ਹੀ ਆ। ਸੋ ਆਇਓ ਆਪਾਂ ਹੁਣ ਤੁਹਾਨੂੰ ਇਹ ਦੇਖ ਰਿਹਾ, ਤੁਸੀਂ ਝੋਨਾ ਦੇ ਮਤਲਬ ਦੇਖ ਸਕਦੇ ਹੋ ਵਧੀਆ ਲੱਗਾ ਹੋਇਆ। ਅਤੇ ਆਇਓ ਆਪਾਂ ਹੁਣ ਮੂੰਗੀ ਵੱਢਣੀ ਸੀ ਅੱਜ, ਅਤੇ ਆਪਾਂ ਫਿਰ ਤੁਹਾਨੂੰ ਉੱਥੇ ਖੇਤਰ ਜਾ ਕੇ ਮਿਲਦੇ ਹਾਂ। ਸੋ ਵੀਡੀਓ ਨਾਲ ਬਣੇ ਰਹੋ, ਆਇਓ ਤੁਹਾਨੂੰ ਲੈ ਕੇ ਚੱਲਦੇ ਹਾਂ। ਅਤੇ ਮਤਲਬ ਕਿ ਝੋਨਾ ਲਵਾਉਣਾ ਜੇ ਸਹੀ ਲਵਾਉਣਾ ਬਈ ਬਈਆਂ ਤੋਂ ਲਵਾਓ, ਮਤਲਬ ਕਿ ਬਹੁਤ ਵਧੀਆ ਲਾਉਂਦੇ, ਜਿੰਨੀ ਆਪਾਂ ਵਿੱਥ ਆਖਾਂਗੇ ਉੱਨੀ ਵਿੱਥ 'ਤੇ ਲਾਉਂਦੇ ਆ। ਸੋ ਆ ਜਾਓ ਚੱਲੀਏ। ਹਾਂਜੀ ਵੀਰੇ, ਖੇਤਰ ਆਪਾਂ ਪਹੁੰਚ ਗਏ ਹਾਂ, ਅਤੇ ਤੁਸੀਂ ਦੇਖ ਸਕਦੇ ਹੋ ਮੈਂ ਆਪਣੀ ਮੂੰਗੀ ਵੱਢੀ ਜਾਂਦੇ ਆ, ਅਤੇ ਆਪਣੀ ਹੈਗੀ ਸੀ 5 ਕਿੱਲੇ ਮੂੰਗੀ ਸੀ, ਅਤੇ 5.5 ਕਿੱਲੇ ਆਪਾਂ ਮੱਕੀ ਬੀਜੀ ਸੀ, ਅਤੇ ਮੂੰਗੀ 'ਚ ਮਤਲਬ ਗੰਦ ਜ਼ਿਆਦਾ ਹੋ ਗਿਆ ਸੀ, ਮੈਂ ਇੰਨੀ ਧਿਆਨ ਨਹੀਂ ਦਿੱਤਾ, ਪਰ ਫਿਰ ਵੀ ਵਧੀਆ ਨਿਕਲੀ ਆ।
ਅਤੇ ਫਵਾਜੋ ਆਪਾਂ ਦੇਖਦੇ ਹਾਂ, ਮਤਲਬ ਕਿ ਠੀਕ ਜੀ ਨਿਕਲਦੀ ਪਈ ਆ, ਵਧੀਆ। ਸੋ ਮੈਂ ਆਪਣੇ ਕੋਲ ਕਿੱਲਾ ਸੀ, ਇਸ 'ਚ ਬਾਹਲਾ ਜ਼ਿਆਦਾ ਗੰਦ ਸੀਗਾ, ਅਤੇ ਮੈਂ ਕਿ ਮੂੰਗੀ ਜਿਹੜੀ ਆ ਇੰਨੀ ਮਾੜੀ ਵੀ ਨਹੀਂ ਸੀ, ਅਤੇ ਪੌਲੀ ਬਹੁਤ ਹੀ ਵਧੀਆ ਨਹੀਂ ਵੀ ਵਧੀਆ ਵੀ ਨਹੀਂ ਸੀ, ਅਤੇ ਮਤਲਬ ਠੀਕ ਜੀ ਨਿਕਲਾਈ। ਵਾਹਣ ਖਾਲੀ ਪਏ ਤੋਂ ਚੰਗਾ ਕਿ ਮਤਲਬ ਸਰੋਂ ਵਾਲੇ ਵਾਹਣ 'ਚ ਬੀਜੋ, ਅਤੇ ਮਤਲਬ ਕਿ ਸਰੋਂ ਛੇਤੀ ਵੱਢੀ ਜਾਂਦੀ, ਉਸ ਤੋਂ ਬਾਅਦ ਮੂੰਗੀ ਜਿਹੜੀ ਗੇਤਰੀ ਆਪਾਂ ਵੱਢ ਸਕੀਏ। ਅਤੇ ਸੋ ਧੰਨਵਾਦ ਵੀਡੀਓ ਦੇਖਣ ਲਈ। ਸੋ ਜਲਦ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ 'ਚ, ਅਤੇ ਆਪਣੇ ਹੁਣ ਰੈਗੂਲਰ ਵਲੌਗ ਆਉਂਦੇ ਹੀ ਰਹਿੰਦੇ ਆ। ਸੋ ਧੰਨਵਾਦ, ਜੇ ਵੀਡੀਓ ਵਧੀਆ ਲੱਗੀ ਹੋਵੇ, ਜੇ ਕੋਈ ਗਲਤੀ ਹੋ ਗਈ ਹੋਵੇ ਮਾਫ਼ ਕਰ ਦੇਣਾ।